हेलो स्टूडेंट्स आई एम योर पंजाबी टीचर मिसेस रिपिंदर कौर आई होप यू ऑल आर फाइन देयर आज मैं ਤੁਹਾਨੂੰ ਤੁਹਾਡੀ 7ਵੀਂ ਕਲਾਸ ਦੀ ਕਵਿਤਾ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਬਾਰੇ ਦੱਸਣ ਜਾ ਰਹੀ ਹਾਂ ਫਿਰੋਜ਼ਦੀਨ ਸ਼ਰਫ ਨੇ ਇਸ ਕਵਿਤਾ ਰਾਹੀਂ ਮਾਂ ਬੋਲੀ ਪ੍ਰਤੀ ਆਪਣੇ ਪ੍ਰੇਮ ਨੂੰ ਪਿਆਰ ਨੂੰ ਦਰਸਾਇਆ ਹੈ ਕਵੀ ਨੇ ਇਸ ਕਵਿਤਾ ਰਾਹੀਂ ਕਹਿਣਾ ਚਾਹਿਆ ਹੈ ਕਿ ਭਾਵੇਂ ਸਾਨੂੰ ਜਿੰਨੀਆਂ ਮਰਜ਼ੀ ਬੋਲੀਆਂ ਆਉਂਦੀਆਂ ਹਨ ਪਰ ਆਪਣੀ ਮਾਂ ਬੋਲੀ ਦਾ ਸਤਿਕਾਰ ਬਹੁਤ ਜ਼ਰੂਰੀ ਹੈ। ਕਵੀ ਕਾਮਨਾ ਕਰਦਾ ਹੈ, ਉਮੀਦ ਕਰਦਾ ਹੈ ਕਿ ਪੰਜਾਬੀ ਭਾਸ਼ਾ ਨੂੰ ਹਰ ਥਾਂ ਮਾਨ ਅਤੇ ਸਤਿਕਾਰ ਮਿਲੇ। ਕਵੀ ਆਪਣੇ ਆਪ ਨੂੰ ਪੰਜਾਬੀ ਬੋਲੀ ਦਾ ਸੇਵਾਦਾਰ ਆਖਦਾ ਹੈ ਅਤੇ ਇਸ ਦੀ खैर मंगता है ओके स्टूडेंट्स आई होप यू हैव अंडरस्टूड वेल नाउ यू हैव टू लर्न एंड रिवाइज दिस पोयम थैंक यू